ਸਾਰੇਆਂ ਨੂੰ ਦੇਖੋ ਰੀਸੈਂਟਲੀ ਨਾ ਕੁਝ ਬੀਜੇਪੀ ਦੇ ਸਪੋਕਸਪਰਸਨਸ ਨੇ ਨਿਊਜ਼ ਚੈਨਲਸ ਦੇ ਵਿੱਚ ਪ੍ਰੋਫਿਟ ਮੁਹੰਮਦ ਦੇ ਅਗੇਂਸਟ ਕੁਝ ਗੱਲਾਂ ਕਹੀਆਂ ਜਿਨ੍ਹਾਂ ਨੇ ਸੈਂਟੀਮੈਂਟਸ ਆਫ ਇਸਲਾਮਿਕ ਰਿਲੀਜੀਅਨ ਨੂੰ ਬਹੁਤ ਹਰਟ ਕੀਤਾ ਬੀਜੇਪੀ ਨੇ ਐਕਸ਼ਨ ਵੀ ਲੇਤਾ ਐਂਡ ਉਹਨਾਂ ਦੋਨਾਂ ਜਿਹੜੇ ਸਪੋਕਸਪਰਸਨ ਸੀਗੇ ਉਹਨਾਂ ਨੂੰ ਰਿਮੂਵ ਵੀ ਕਰਤਾ ਪਾਰਟੀ ਦੇ ਵਿੱਚੋਂ ਐਂਡ ਬੈਨ ਵੀ ਕਰਤਾ ਐਂਡ ਇਹ ਕਰਨਾ ਬੰਦਾ ਸੀਗਾ बिकॉज़ इंडिया ਲਈ ਗਲਫ ਕੰਟਰੀਜ਼ ਜਿੱਥੇ ਮੁਸਲਮ ਧਰਮ ਬਹੁਤ ਲੋਕ ਮੰਨਦੇ ਹੋ ਬਹੁਤ ਇੰਪੋਰਟੈਂਟ ਹੈ ਐਂਡ ਇਟ ਇਜ਼ ਆਲਸੋ ਇੰਪੋਰਟੈਂਟ ਕਿ ਆਪਣੇ ਦੇਸ਼ ਦੀ ਸੈਕੂਲਰਿਜ਼ਮ ਜਿਹੜੀ ਹੈ ਉਹ ਇਹ ਡਿਫਾਈਨ ਕਰਦੀ ਹੈ ਕਿ ਯਾਰ ਹਰ ਧਰਮ ਜੋ ਹੈ ਇੱਥੇ ਇੰਪੋਰਟੈਂਟ ਹੈ ਐਂਡ ਆਪਾਂ ਨੂੰ ਰਿਸਪੈਕਟ ਕਰਨੀ ਚਾਹੀਦੀ ਹੈ ਸੈਂਟੀਮੈਂਟਸ ਆਫ ਏਵਰੀ ਰਿਲੀਜੀਅਨ ਐਂਡ ਲੇਕਿਨ ਇਸ ਕੰਟੈਕਸ ਦੇ ਵਿੱਚ ਕਿ ਇੰਡੀਆ ਕਿਉਂ ਨਹੀਂ ਇਗਨੋਰ ਕਰ ਸਕਦਾ ਗਲਫ ਕੰਟਰੀਜ਼ ਜਿਹੜਾ ਆਊਟੇਜ ਹੋ ਰਿਹਾ बिकॉज़ ਜਦੋਂ ਉਹਨਾਂ ਨੇ ਉਹ ਸਟੇਟਮੈਂਟਸ ਇਸ਼ੂ ਕੀਤੀਆਂ ਉਹਨਾਂ ਸਟੇਟਮੈਂਟਸ ਦੇ ਬੇਸਿਸ ਦੇ ਉੱਪਰ ਗਲਫ ਕੰਟਰੀਜ਼ ਦੇ ਵਿੱਚ ਕਾਫੀ ਜ਼ਿਆਦਾ ਸੋਸ਼ਲ ਮੀਡੀਆ ਦੇ ਉੱਪਰ ਇਹ ਗੱਲਾਂ ਕਹਿਣ ਲੱਗੇ ਕਿ ਇੰਡੀਅਨਸ ਨੂੰ ਬਾਇਕਾਟ ਕੀਤਾ ਜਾਵੇ ਇੰਡੀਅਨਸ ਦੇ ਬਿਜ਼ਨੈਸਸ ਨੂੰ ਬਾਇਕਾਟ ਕੀਤਾ ਜਾਵੇ ਐਂਡ ਬਹੁਤ ਜ਼ਿਆਦਾ ਇਫੈਕਟ ਦਾ ਦੇਖਣ ਨੂੰ ਮਿਲ ਸਕਦਾ ਹੁਣ ਆਪਾਂ ਥੋੜਾ ਜਿਹਾ ਦੇਖ ਲੈਣੇ ਕਿ ਇੰਡੀਆ ਕਿਉਂ ਨਹੀਂ ਗਲਫ ਕੰਟਰੀਜ਼ ਜਿਹੜਾ ਆਊਟਰੇਜ ਹੋ ਰਿਹਾ ਉਹਨੂੰ ਇਗਨੋਰ ਕਰ ਸਕਦਾ ਆਲਦੋ ਕੁਝ ਨੈਸ਼ਨਲਿਸਟ ਇਹ ਕਹਿ ਰਹੇ ਆ ਲੇਕਿਨ ਅਗਰ ਪ੍ਰੈਕਟੀਕਲੀ ਆਪਾਂ ਦੇਖੀਏ ਤਾਂ ਵੀ ਕੈਨੋਟ ਇਗਨੋਰ ਦੀ ਆਊਟਰੇਜ ਜੋ ਗਲਫ ਕੰਟਰੀਜ਼ ਦੇ ਵਿੱਚ ਹੋ ਰਿਹਾ ਸਭ ਤੋਂ ਪਹਿਲੀ ਗੱਲ ਤਾਂ ਦੇਖੋ ਯ ਦੇ ਟਾਈਜ਼ ਜਿਹੜੇ ਹੈਗੇ ਆ ਉਹ ਕਿਤੇ ਨਾ ਕਿਤੇ ਕਲਚਰ ਤੇ ਹਿਸਟਰੀ ਦੇ ਟਾਈਜ਼ ਆਪਣੇ ਉਹਨਾਂ ਨਾਲ ਇੰਟਰਵਿਨਡ ਹੈ ਹੈਨਾ ਐਂਡ ਆਪਾਂ ਉਹ ਬੜਾ ਇੰਪੋਰਟੈਂਟ ਹੋ ਜਾਂਦਾ ਹੈ ਕਿਆ ਆਪੋ ਦੀ ਰਿਸਪੈਕਟ ਕਰੀਏ ਬਟ ਮੋਰ অর ਲੈਸ ਜਿਹੜਾ ਪ੍ਰੈਜ਼ੈਂਟ ਅਗਰ ਆਪਾਂ ਦੇਖੀਏ ਤਾਂ ਟ੍ਰੇਡ ਐਂਡ ਕਮਰਸ ਦੇ ਪਰਸਪੈਕਟਿਵ ਨਾਲ ਇਹ ਦੇਸ਼ ਆਪਣੇ ਲਈ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਦੇਸ਼ ਜਿਹੜੇ ਹੈਗੇ ਹੈ ਹੈਨਾ ਇੰਡੀਆ ਨੂੰ ਔਇਲ ਦੇ ਉੱਪਰ ਵੀ ਬਹੁਤ ਜ਼ਿਆਦਾ ਡਿਪੈਂਡੈਂਸ ਹੈ ਐਂਡ ਡੈਫੀਨਿਟਲੀ ਅਗਰ ਇਸ ਦੇਸ਼ ਨਾਲ ਆਪਣੇ ਇਸ਼ੂਜ਼ ਕਿਤਨਾ ਕਿਤੇ ਸਹੀ ਨਹੀਂ ਹੁੰਦੇ ਤਾਂ એનર્ਜੀ ਸਿਕਿਉਰਿਟੀ ਵੀ ਆਪਣੇ ਦੇਸ਼ ਦੀ ਕੰਪਰੋਮਾਈਜ਼ ਜੋ ਹੈ ਦੇਖੀ ਜਾ ਸਕਦੀ ਹੈ ਜੇ ਆਪਾਂ ਥੋੜਾ ਜਿਹਾ ਨਜ਼ਰ ਘੁਮਾਈਏ ਤਾਂ ਬੜਾ ਅੱਛਾ ਡਾਟਾ ਆਪਾਂ ਨੂੰ ਇੱਕ ਕੁਝ ਐچھے ਇਨਸਾਈਟਸ ਦਿੰਦਾ ਜਿਵੇਂ ਅਗਰ ਤੁਸੀਂ ਦੇਖੋ ਤਾਂ ਯੂਏਈ ਜਿੱਥੇ ਦੁਬਈ ਬਹੁਤ ਹੀ ਫੇਮਸ ਅ ਸਿਟੀ ਹੈ ਯੂਏਈ ਦੀ ਉੱਥੇ ਆਲਮੋਸਟ ਤੁਸੀਂ ਦੇਖੋ ਕਿ 34% ਆਫ ਜਿਹੜੀ ਪੋਪੂਲੇਸ਼ਨ ਹੈ ਉਹ ਇੰਡੀਅਨਸ ਦੀ ਪੋਪੂਲੇਸ਼ਨ ਹੈ ਵੀ ਜਿਹੜਾ ਵੈਰੀ ਹਾਈ ਨੰਬਰ ਤੋਂ ਤੁਸੀਂ ਦੇਖੋ ਤੀਜਾ ਇਨ ਬੰਦਾ ਜਿਹੜਾ ਦੁਬਈ ਦੇ ਵਿੱਚ ਹੈ ਜਾਂ ਯੂਏਈ ਦੇ ਵਿੱਚ ਉਹ ਇੰਡੀਅਨ ਹੈ ਤੋਂ ਇੰਨੀ ਵੱਡੀ ਇੰਡੀਅਨ ਮਾਈਗ੍ਰੈਂਟ ਪੋਪੂਲੇਸ਼ਨ ਇੱਥੇ ਐਗਜ਼ਿਸਟ ਕਰਦੀ ਹੈ ਇਹਨਾਂ ਦੇ ਕੰਮ ਚੱਲਦੇ ਆ ਇਹਨਾਂ ਦੇ ਕਾਰੋਬਾਰ ਚੱਲਦੇ ਆ ਤੋਂ ਅਗਰ ਇਹੇ ਕੰਟਰੀਜ਼ ਇੰਡੀਅਨਸ ਦੇ ਖਿਲਾਫ ਹੋ ਜਾਤਾ ਇਹ ਵਿਚਾਰੇ ਲੋਕਾਂ ਦਾ ਕਾਰੋਬਾਰ ਇਹਨਾਂ ਦੇ ਕੰਮ ਜਿਹੜੇ ਹਾਰਟ ਹੋ ਸਕਦੇ ਆ ਇਨ ਫੈਕਟ ਬਾਕੀ ਕੰਟਰੀਜ਼ ਦੇ ਵਿੱਚ ਵੀ ਸਾਈਜ਼ੇਬਲ ਇੰਡੀਅਨ ਮਾਈਗ ਹੈ ਉਹ ਐਗਜ਼ਿਸਟ ਕਰਦੀ ਹੈਗੀ ਹੈ ਇਸ ਤੋਂ ਇਲਾਵਾ ਤੁਸੀਂ ਦੇਖੋ ਤਾਂ ਕਿਉਂਕਿ ਹੁਣੇ ਪਿੱਛੇ ਜੇ ਸੋਸ਼ਲ ਮੀਡੀਆ ਦੇ ਉੱਪਰ ਇਹ ਗੱਲਾਂ ਚੱਲਣ ਲੱਗ ਗਈਆਂ ਕਿ ਬੁਆਇਕਾਟ ਕਰ ਦਾਂਗੇ ਇੰਡੀਅਨ ਗoods ਨੂੰ ਤਾਂ ਇੰਡੀਆ ਦੇ ਜਿਹੜੇ ਬਿਜ਼ਨੈਸਸ ਐ ਇਹ ਬੜੇ ਹਰਟ ਹੋ ਸਕਦੇ ਐ ਇਸ ਤੋਂ ਇਲਾਵਾ ਇਹ ਕੰਟਰੀਜ਼ ਇੰਡੀਆ ਦੇ ਆਲਸੋ ਟਰੇਡਿੰਗ ਪਾਰਟਨਰਸ ਵੀ ਬੜੇ ਹੀ ਜ਼ਿਆਦਾ ਹੈ ਜਿਵੇਂ ਦੁਬਈ ਇੰਡੀਆ ਦਾ ਆਲਮੋਸਟ ਜੇ ਦੇਖੋਗੇ ਇੰਡੀਆ 9.2% ਆਫ ਦਾ ਟੋਟਲ ਐਕਸਪੋਰਟ ਸਿਰਫ ਦੁਬਈ ਦੇ ਵਿੱਚ ਕਰਦਾ ਐ ਯੂਏ ਦੇ ਵਿੱਚ ਕਰਦਾ ਐ ਐਂਡ ਯੂਏਈ ਇਜ਼ ਦਾ ਥਰਡ ਲਾਰਜੇਸਟ ਟਰੇਡਿੰਗ ਪਾਰਟਨਰ ਆਫ ਇੰਡੀਆ ਕੋਈ ਛੋਟੀ ਮੋਟੀ ਗੱਲ ਨਹੀਂ ਐ ਐਂਡ ਸਾਊਦੀ ਅ ਦੇ ਹੈ ਸੋ ਇਹ ਵੀ ਆਪਾਂ ਇਗਨੋਰ ਨਹੀਂ ਕਰ ਸਕਦੇ ਫਿਰ ਤੁਸੀਂ ਇੱਕ ਹੋਰ ਬੜਾ ਇੰਪੋਰਟੈਂਟ ਤੁਸੀਂ ਦੇਖੋਗੇ ਤੋਂ ਰੈਮਿਟੈਂਸਿਸ ਦੀ ਆਪਾਂ ਗੱਲ ਕਰਦੇ ਰੈਮਿਟੈਂਸਿਸ ਦਾ ਬੇਸਿਕ ਮਤਲਬ ਹੁੰਦਾ ਹੈ ਉਹ ਪੈਸਾ ਜਿਹੜੇ ਇੰਡੀਆ ਦੇ ਮਾਈਗ੍ਰੈਂਟਸ ਇੰਡੀਆ ਚ ਵਾਪਸ ਭੇਜਦੇ ਹੈ ਤੋਂ ਉਹ ਪੈਸੇ ਨੂੰ ਵੀ ਅਗਰ ਆਪਾਂ ਦੇਖਦੇ ਹੈ ਤੋ ਹਾਫ ਆਫ ਦਾ ਰੈਮਿਟੈਂਸਿਸ ਮਤਲਬ ਅਗਰ ਇੰਡੀਆ ਦੇ ਵਿੱਚ 100 ਡਾਲਰਸ ਇੰਡੀਆ ਦੇ ਵਿੱਚ ਆਉਂਦੇ ਆ ਕਿਸੇ ਸਾਲ ਦੇ ਵਿੱਚ ਤਾਂ 50 ਡਾਲਰਸ ਸਿਰਫ ਪੰਜ ਗਲਫ ਕੰਟਰੀਜ਼ ਤੋਂ ਆ ਰਹੇ ਹਨ ਮੈਕਸਿਮਮ ਦੁਬਈ ਦੇ ਵਿੱਚੋਂ ਆ ਰਿਹਾ ਹੈ ਤੋ ਅਗੇਨ ਆਪਣੇ ਦੇਸ਼ ਦੀ ਰੈਮਿਟੈਂਸਿਸ ਲਈ ਫੋਰਨ ਇਨਫਲੋਸ ਲਈ ਇਹ ਕੰਟਰੀਜ਼ ਕਾਫੀ ਜ਼ਿਆਦਾ ਜੋ ਇੰਪੋਰਟੈਂਟ ਹੋ ਜਾਂਦੀਆਂ ਹਨ ਜਿਹਨੂੰ ਆਪਾਂ ਇਗਨੋਰ ਨਹੀਂ ਕਰ ਸਕਦੇ ਲਾਸਟ ਆਪਣੇ ਦੇਸ਼ ਦੀ એનર્ਜੀ ਸਿਕਿਉਰਿਟੀ ਲਈ ਆਪਣੇ ਦੇਸ਼ ਤੇ ਕਰੂਡ ਆਇਲ ਲਈ 60% ਇੰਡੀਆ ਦਾ ਕਰੂਡ ਆਇਲ ਇਹਨਾਂ ਕੰਟਰੀਜ਼ ਦੇ ਵਿੱਚੋਂ ਆਂਦਾ ਹੈ ਤੋ ਕਿਤੇ ਨਾ ਕਿਤੇ ਅਗਰ ਆਪਾਂ ਦੇਖੀਏ ਤੋ ਟ੍ਰੇਡ ਐਂਡ ਅਰਸਤੇ ਪਰਸਪੈਕਟਿਵ ਨਾਲ ਇਹ ਦੇਸ਼ ਬਹੁਤ ਜਿਆਦਾ ਇੰਪੋਰਟੈਂਟ ਹੋ ਜਾਂਦੇ ਹਨ ਇਸੇ ਕਰਕੇ ਆਪਣੇ ਜਿਹੜੀ ਗਵਰਨਮੈਂਟ ਹੈ ਉਹਨੇ ਉਹ ਦੋ ਸਪੋਕਸਪਰਸਨਸ ਨੂੰ ਰਿਮੂਵ ਕਰਤਾ ਐਂਡ ਇੱਕ ਅਪੋਲੋਜੀ ਲੈਟਰ ਵੀ ਇਸ਼ੂ ਕੀਤੀ ਹੈ ਟੂ ਦ ਐਮਬੈਸੀ ਆਫ ਗਲਫ ਕੰਟਰੀਜ਼ ਕਿ ਬੀਜੇਪੀ ਐਂਡ ਬੀਜੇਪੀ ਦੀ ਗਵਰਨਮੈਂਟ ਇਹ ਬਲੀਵ ਕਰਦੀ ਹੈ ਕਿ ਸੈਕੂਲਰਿਜ਼ਮ ਇਜ਼ ਦ ਕੀ ਟੂ ਇੰਡੀਆਜ਼ ਯੂ ਨੋ ਕਨਸਟੀਟਿਊਸ਼ਨ ਐਂਡ ਇਹ ਸੀਜ਼ਨਲ ਕੋਈ ਵੀ ਕੰਪਰੋਮਾਈਜ਼ ਨਹੀਂ ਹੋ ਸਕਦਾ ਟੂ ਇਟਸ ਅ ਗੁੱਡ ਥਿੰਗ ਜੋ ਇੰਡੀਆ ਕਰ ਰਿਹਾ ਹੈ ਐਂਡ ਕਿਉਂਕਿ ਉਹ ਦੋ ਜਿਹੜੇ ਲੋਕ ਸੀਗੇ ਉਹਨਾਂ ਨੇ ਬਹੁਤ ਹੀ ਯੂ نو ਅਨਫੋਰਚੂਨੇਟ ਲੈਂਗੁਏਜ ਯੂਜ਼ ਕੀਤੀ ਅਗੇਂਸ ਰਿਲੀਜੀਅਨ ਆਫ ਐਨੀ ਕਮਿਊਨਿਟੀ ਤੋਂ ਉਹ ਨਹੀਂ ਕਰਨਾ ਚਾਹੀਦਾ ਸੀ ਵੀ ਸ਼ੁਡ ਬੀ ਕੇਅਰਫੁਲ ਫਰਮ ਫਿਊਚਰ ਥੈਂਕ ਯੂ ਸਟੂਡੈਂਟਸ ਫਾਰ ਯੂ نو ਵਾਚਿੰਗ ਥਿਸ ਵੀਡੀਓ ਅਗਰ ਤੁਹਾਨੂੰ ਇਹ ਜੀਆਂ ਵੀਡੀਓਜ਼ ਸ਼ਾਰਟ ਵੀਡੀਓਜ਼ ਅੱਛੀ ਲੱਗ ਰਹੀਆਂ ਹਨ ਤਾਂ ਪਲੀਜ਼ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਚੈਨਲ ਨੂੰ ਲੋਕਾਂ ਨੂੰ ਦੱਸਿਓ ਐਂਡ ਥੈਂਕ ਯੂ ਐਂਡ ਟੇਕ ਕੇਅਰ ਥੈਂਕ ਯੂ